ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਥੋੜ੍ਹਾ ਜਿਹਾ ਬਣਦਾ ਹੋਇਆ ਤੁਸੀਂ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਇਹ ਕੁੱਲੜ ਤਿਆਰ ਕਰਦੇ ਨੇ, ਖਾਸ ਤੌਰ 'ਤੇ ਜਦੋਂ ਦਹੀਂ ਜਲੇਬੀ ਬਣਾਉਂਦੇ ਨੇ, ਦਹੀਂ ਜਲੇਬੀ ਜਾਂ ਫਿਰ ਰਬੜੀ ਜਲੇਬੀ। ਮੌਰੇ ਮਿਸ਼ਠਾਨ ਭੰਡਾਰ ਮੈਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਚੌਥੀ ਪੀੜ੍ਹੀ ਇਹਨਾਂ ਦੀ ਹੈ ਇੱਥੇ। ਸਮੋਸਾ, ਕਚੌਰੀ ਔਰ ਉਸ ਤੋਂ ਬਾਅਦ ਦਹੀਂ ਜਲੇਬੀ ਔਰ ਜਲੇਬੀ ਰਬੜੀ, ਬਹੁਤ ਇੰਪੋਰਟੈਂਟ ਹੈ, ਬਿਲਕੁਲ ਡਿਫਰੈਂਟ ਹੁੰਦਾ ਹੈ। ਤਾਂ ਰਾਮਨਗਰੀ ਦੇ ਰੰਗ ਦੇਖਦੇ ਹੋਏ ਅਸੀਂ ਇੱਥੇ ਜਿਹੜੇ ਇਸ ਥਾਂ ਦੇ ਉੱਤੇ ਆ ਕੇ ਲੋਕ ਬਹੁਤ ਸਾਰੇ ਸਵਾਦ ਵੀ ਚੱਖਦੇ ਨੇ ਉਹਨਾਂ ਦਾ ਵੀ ਅਸੀਂ ਜ਼ਿਕਰ ਕਰ ਰਹੇ ਹਾਂ। ਮੈਂ ਦੋ ਦੁਕਾਨਾਂ ਦੇ ਨੇੜੇ ਪਹੁੰਚਿਆ, ਖਾਸ ਤੌਰ 'ਤੇ ਮੌਰੇ ਮਿਸ਼ਠਾਨ ਭੰਡਾਰ, ਉਹ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਤੁਹਾਨੂੰ ਦਿਖਾ ਸਕੀਏ। ਮੌਰੇ ਮਿਸ਼ਠਾਨ ਭੰਡਾਰ ਮੈਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਚੌਥੀ ਪੀੜ੍ਹੀ ਇਹਨਾਂ ਦੀ ਹੈ ਇੱਥੇ, ਜਿਨ੍ਹਾਂ ਦੇ ਵੱਲੋਂ ਇਸ ਮਿਸ਼ਠਾਨ ਭੰਡਾਰ ਨੂੰ ਚਲਾਇਆ ਜਾ ਰਿਹਾ। ਇੱਥੇ ਬਹੁਤ ਦਿਲਚਸਪ ਹੈ ਜੋ ਮਿਲਦਾ, ਸਮੋਸਾ, ਕਚੌਰੀ ਔਰ ਉਸ ਤੋਂ ਬਾਅਦ ਦਹੀਂ ਜਲੇਬੀ ਔਰ ਜਲੇਬੀ ਰਬੜੀ, ਬਹੁਤ ਇੰਪੋਰਟੈਂਟ ਹੈ, ਬਿਲਕੁਲ ਡਿਫਰੈਂਟ ਹੁੰਦਾ ਜਿਹੜਾ ਸਵਾਦ ਹੈ, ਖਾਸ ਤੌਰ 'ਤੇ ਦਹੀਂ ਜਲੇਬੀ ਦਾ। ਔਰ ਦਹੀਂ ਜਲੇਬੀ ਬਣਾਉਣ ਦਾ ਇਹਨਾਂ ਦਾ ਸਟਾਈਲ ਬਹੁਤ ਥੋੜ੍ਹਾ ਨਿਰਾਲਾ, ਹਾਲਾਂਕਿ ਮੈਂ ਦਹੀਂ ਜਲੇਬੀ ਤਾਂ ਨਹੀਂ ਇਹਨਾਂ ਦੀ ਲਈ। ਹਾਂ, ਸਮੋਸਾ ਅਤੇ ਕਚੌਰੀ ਜ਼ਰੂਰ ਟੇਸਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਥੋੜ੍ਹਾ ਜਿਹਾ ਬਣਦਾ ਹੋਇਆ ਤੁਸੀਂ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਇਹ ਕੁੱਲੜ ਤਿਆਰ ਕਰਦੇ ਨੇ, ਖਾਸ ਤੌਰ 'ਤੇ ਜਦੋਂ ਦਹੀਂ ਜਲੇਬੀ ਬਣਾਉਂਦੇ ਨੇ, ਦਹੀਂ ਜਲੇਬੀ ਜਾਂ ਫਿਰ ਰਬੜੀ ਜਲੇਬੀ। ਤਾਂ ਸਮੋਸੇ ਔਰ ਜਲੇਬੀ ਮੈਂ ਰੰਗ ਇਸ ਕਰਕੇ ਦਿਖਾ ਰਹੇ ਹਾਂ ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਔਰ ਖਾਸ ਤੌਰ 'ਤੇ ਬਹੁਤ ਦੂਰ ਦੂਰ ਤੋਂ, ਤਾਂ ਉਹ ਇਸ ਥਾਂ ਦੇ ਉੱਤੇ ਵੀ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਕਿ ਇੱਥੇ ਆ ਕੇ ਇੱਕ ਵਾਰੀ ਸਵਾਦ ਜ਼ਰੂਰ ਚੱਖਿਆ ਜਾਵੇ, ਦਹੀਂ ਜਲੇਬੀ ਦਾ ਵੀ ਔਰ ਰਬੜੀ ਜਲੇਬੀ ਦਾ ਵੀ, ਇਸਦੇ ਨਾਲ ਨਾਲ ਜਿਹੜੇ ਸਮੋਸੇ ਆ ਉਹਨਾਂ ਦਾ ਵੀ। ਠੀਕ ਹੈ, ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ। ਇਨਫੈਕਟ ਨਾਲ ਨਾਲ ਅਯੁੱਧਿਆ ਨਗਰੀ ਦੇ ਰੰਗ ਦੇ ਵਿੱਚ ਇਹ ਵੀ ਇੱਕ ਅਹਿਮ ਰੰਗ ਹੈ ਜੋ ਤੁਹਾਡੇ ਤੱਕ ਪਹੁੰਚਣਾ ਜ਼ਰੂਰੀ ਸੀ। ਤਕਰੀਬ 60-70 ਸਾਲ ਤੋਂ ਇਹ ਦੁਕਾਨਾਂ ਇੱਥੇ ਮੌਜੂਦ ਨੇ, ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਨੇ ਬਹੁਤ ਸਾਰੇ 1990 ਦੇ ਦੌਰ ਨੂੰ ਜਾਂ ਪੂਰੇ ਦੌਰ ਨੂੰ ਜ਼ਰੂਰ ਦੇਖਿਆ ਹੋਏਗਾ। ਸਾਡੀ ਕੋਸ਼ਿਸ਼ ਰਹੇਗੀ ਅੱਗੇ ਵੀ ਤੁਹਾਨੂੰ ਇਸ ਤਰੀਕੇ ਨਾਲ ਅਯੁੱਧਿਆ ਨਗਰੀ ਦੇ ਰੰਗ ਦਿਖਾਉਂਦੇ ਰਹੀਏ ਔਰ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਇੱਥੇ ਦਾ ਮਾਹੌਲ ਪਹੁੰਚਾਉਂਦੇ ਰਹੀਏ। ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਥੋੜ੍ਹਾ ਜਿਹਾ ਬਣਦਾ ਹੋਇਆ ਤੁਸੀਂ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਇਹ ਕੁੱਲੜ ਤਿਆਰ ਕਰਦੇ ਨੇ, ਖਾਸ ਤੌਰ 'ਤੇ ਜਦੋਂ ਦਹੀਂ ਜਲੇਬੀ ਬਣਾਉਂਦੇ ਨੇ, ਦਹੀਂ ਜਲੇਬੀ ਜਾਂ ਫਿਰ ਰਬੜੀ ਜਲੇਬੀ। ਮੌਰੇ ਮਿਸ਼ਠਾਨ ਭੰਡਾਰ ਮੈਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਚੌਥੀ ਪੀੜ੍ਹੀ ਇਹਨਾਂ ਦੀ ਹੈ ਇੱਥੇ। ਸਮੋਸਾ, ਕਚੌਰੀ ਔਰ ਉਸ ਤੋਂ ਬਾਅਦ ਦਹੀਂ ਜਲੇਬੀ ਔਰ ਜਲੇਬੀ ਰਬੜੀ, ਬਹੁਤ ਇੰਪੋਰਟੈਂਟ ਹੈ, ਬਿਲਕੁਲ ਡਿਫਰੈਂਟ ਹੁੰਦਾ। ਤਾਂ ਰਾਮਨਗਰੀ ਦੇ ਰੰਗ ਦੇਖਦੇ ਹੋਏ ਅਸੀਂ ਇੱਥੇ ਜਿਹੜੇ ਇਸ ਥਾਂ ਦੇ ਉੱਤੇ ਆ ਕੇ ਲੋਕ ਬਹੁਤ ਸਾਰੇ ਸਵਾਦ ਵੀ ਚੱਖਦੇ ਨੇ ਉਹਨਾਂ ਦਾ ਵੀ ਅਸੀਂ ਜ਼ਿਕਰ ਕਰ ਰਹੇ ਹਾਂ। ਮੈਂ ਦੋ ਦੁਕਾਨਾਂ ਦੇ ਨੇੜੇ ਪਹੁੰਚਿਆ, ਖਾਸ ਤੌਰ 'ਤੇ ਮੌਰੇ ਮਿਸ਼ਠਾਨ ਭੰਡਾਰ, ਉਹ ਤਸਵੀਰਾਂ ਦੇ ਵਿੱਚ ਜੇਕਰ ਅਸੀਂ ਤੁਹਾਨੂੰ ਦਿਖਾ ਸਕੀਏ। ਮੌਰੇ ਮਿਸ਼ਠਾਨ ਭੰਡਾਰ ਮੈਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਚੌਥੀ ਪੀੜ੍ਹੀ ਇਹਨਾਂ ਦੀ ਹੈ ਇੱਥੇ।
ਜਿਨ੍ਹਾਂ ਦੇ ਵੱਲੋਂ ਇਸ ਮਿਸ਼ਠਾਨ ਭੰਡਾਰ ਨੂੰ ਚਲਾਇਆ ਜਾ ਰਿਹਾ। ਇੱਥੇ ਬਹੁਤ ਦਿਲਚਸਪ ਹੈ ਜੋ ਮਿਲਦਾ, ਸਮੋਸਾ, ਕਚੌਰੀ ਔਰ ਉਸ ਤੋਂ ਬਾਅਦ ਦਹੀਂ ਜਲੇਬੀ ਔਰ ਜਲੇਬੀ ਰਬੜੀ, ਬਹੁਤ ਇੰਪੋਰਟੈਂਟ ਹੈ, ਬਿਲਕੁਲ ਡਿਫਰੈਂਟ ਹੁੰਦਾ ਜਿਹੜਾ ਸਵਾਦ ਹੈ ਖਾਸ ਤੌਰ ਤੇ ਦਹੀਂ ਜਲੇਬੀ ਦਾ। ਔਰ ਦਹੀਂ ਜਲੇਬੀ ਬਣਾਉਣ ਦਾ ਇਹਨਾਂ ਦਾ ਸਟਾਈਲ ਬਹੁਤ ਥੋੜਾ ਨਿਰਾਲਾ, ਹਾਲਾਂਕਿ ਮੈਂ ਦਹੀਂ ਜਲੇਬੀ ਤਾਂ ਨਹੀਂ ਇਹਨਾਂ ਦੀ ਲਈ, ਹਾਂ ਸਮੋਸਾ ਅਸੀਂ ਸਮੋਸਾ ਤੇ ਕਚੌਰੀ ਜ਼ਰੂਰ ਟੇਸਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਥੋੜਾ ਜਿਹਾ ਬਣਦਾ ਹੋਇਆ ਤੁਸੀਂ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਇਹ ਕੁੱਲੜ ਤਿਆਰ ਕਰਦੇ ਨੇ, ਖਾਸ ਤੌਰ ਤੇ ਜਦੋਂ ਦਹੀਂ ਜਲੇਬੀ ਬਣਾਉਂਦੇ ਨੇ, ਦਹੀਂ ਜਲੇਬੀ ਜਾਂ ਫਿਰ ਰਬੜੀ ਜਲੇਬੀ, ਤਾਂ ਸਮੋਸੇ ਔਰ ਜਲੇਬੀ। ਮੈਂ ਰੰਗ ਇਸ ਕਰਕੇ ਦਿਖਾ ਰਿਹਾ ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਔਰ ਖਾਸ ਤੌਰ ਤੇ ਬਹੁਤ ਦੂਰ ਦੂਰ ਤੋਂ, ਤਾਂ ਉਹ ਇਸ ਥਾਂ ਦੇ ਉੱਤੇ ਵੀ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਕਿ ਇੱਥੇ ਆ ਕੇ ਇੱਕ ਵਾਰੀ ਸਵਾਦ ਜ਼ਰੂਰ ਚਖਿਆ ਜਾਵੇ, ਦਹੀਂ ਜਲੇਬੀ ਦਾ ਵੀ ਔਰ ਰਬੜੀ ਜਲੇਬੀ ਦਾ ਵੀ, ਇਸ ਦੇ ਨਾਲ ਨਾਲ ਜਿਹੜੇ ਸਮੋਸੇ ਆ ਉਹਨਾਂ ਦਾ ਵੀ। ਠੀਕ ਹੈ, ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ, ਇਨਫੈਕਟ ਨਾਲ ਨਾਲ ਅਯੁੱਧਿਆ ਨਗਰੀ ਦੇ ਰੰਗ ਦੇ ਵਿੱਚ ਇਹ ਵੀ ਇੱਕ ਅਹਿਮ ਰੰਗ ਹੈ ਜੋ ਤੁਹਾਡੇ ਤੱਕ ਪਹੁੰਚਣਾ ਜ਼ਰੂਰੀ ਸੀ। ਤਕਰੀਬ 60-70 ਸਾਲ ਤੋਂ ਇਹ ਦੁਕਾਨਾਂ ਇੱਥੇ ਮੌਜੂਦ ਨੇ, ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹਨਾਂ ਨੇ ਬਹੁਤ ਸਾਰੇ 1990 ਦੇ ਦੌਰ ਨੂੰ ਜਾਂ ਪੂਰੇ ਦੌਰ ਨੂੰ ਜ਼ਰੂਰ ਦੇਖਿਆ ਹੋਏਗਾ। ਸਾਡੀ ਕੋਸ਼ਿਸ਼ ਰਹੇਗੀ ਅੱਗੇ ਵੀ ਤੁਹਾਨੂੰ ਇਸ ਤਰੀਕੇ ਨਾਲ ਅਯੁੱਧਿਆ ਨਗਰੀ ਦੇ ਰੰਗ ਦਿਖਾਉਂਦੇ ਰਹੀਏ ਔਰ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਇੱਥੇ ਦਾ ਮਾਹੌਲ ਪਹੁੰਚਾਉਂਦੇ ਰਹੀਏ।